ਸਿੱਧਾ ਹੋ ਜਾ ਸਾਲਿਆ ਮਟਰ ਆ ਗਿਆ ਮਟਰ ਆ ਗਿਆ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਉਹ ਭਾਬੀ ਤੇਰੀ ਖੜੀ ਹੋ ਗਈ ਬਿੱਜੂ ਤੇਰੇ ਗੱਟੇ ਦੋ ਦਿਆ ਲਗਾਉਣ ਆ ਮੇਰੇ ਵੱਲੋਂ ਵੀ ਆਈ ਕੁਛ ਜੀ ਓ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਰ ਜੀ ਵੀਰੇ ਪਹਿਲਾਂ ਨੂਰ ਖੜੀ ਹੋ ਗਈ ਫਿਰ ਸਾਲੇ ਇਹ ਵੀ ਖੜੇ ਹੋ ਗਏ ਹੁਣ ਅਸੀਂ ਕੀ ਕਰੀਏ ਉਹ ਛੋਟਿਆ ਉਹ ਤਾਂ ਐਵੇਂ ਹੀ ਖੜੀ ਹੈ ਇਹਨੂੰ ਲੱਗਦਾ ਇਹਦੇ ਹੱਕ 'ਚ ਖੜੀ ਹੈ ਮੈਂ ਸਮਝਿਆ ਨੀ ਵੀਰੇ ਮੇਰੇ ਹੱਕ 'ਚ ਖੜੀ ਆ ਤੂੰ ਤਾਂ ਹੀ ਤਾਂ ਘੁੰਮਾ ਸ਼ੇਰ ਬਣ ਕੇ ਸ਼ੇਰ ਹੀ ਬਣਿਓ ਬੰਦੇ ਨਾ ਬਣਿਓ ਚੱਲ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਇਹਨਾਂ ਨੂੰ ਕੀ ਹੋ ਗਿਆ ਸਾਰੇ ਹੀ ਖੜੇ ਹੋ ਗਏ ਇਹ ਤਾਂ ਕਦੇ ਸਾਲੇ ਜਨ ਗਨ ਮਨ ਤੇ ਨਹੀਂ ਖੜਦੇ ਮੇਰੇ ਆਏ ਤੇ ਕਿਵੇਂ ਖੜੇ ਹੋ ਗਏ ਸਿਡਮ ਹਾਂਜੀ ਤੁਹਾਡੇ ਚੋ ਸ਼ੇਕਸਪੀਅਰ ਬਾਰੇ ਕੌਣ ਕੌਣ ਜਾਣਦਾ ਤੇਰਾ ਪਾਪੜ ਤਾਂ ਨਹੀਂ ਹੋਇਆ ਤੇਰਾ ਪਾਪੜ ਤਾਂ ਨਹੀਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੈਂ ਸਿਰ ਸੁੱਟ ਕੇ ਬੈਠਿਆ ਸੁਸਰੀ ਵਾਂਗੂ ਜਿਵੇਂ ਕੁੜੀ ਦੱਬ ਕੇ ਆਏ ਹੁੰਦੇ ਆ ਸ਼ੇਕਸਪੀਅਰ ਯੈਸ ਪਲੀਜ਼ William Shakespeare was an English poet and playwright. He is regarded as one of the greatest writers of the English language. He is often called England's national poet and the Bard of Avon. William Shakespeare died April 23, 1616. Utri, sunya teri bhabhi ne angrezi? Kya baat hai? Oye kudi to sikho kuch. Kiddi sohni angrezi boldi hai. Naale ik gall kann khol ke sun lo. Kal to meri angrezi di class de vich koi bhi bachcha punjabi de vich gall nahi karega. Agar tusi aaps vich bhi koi gall karni hai ਉਹ ਵੀ ਅੰਗਰੇਜ਼ੀ ਵਿੱਚ ਹੀ ਕਰਨੀ ਆ ਮਾਸਟਰ ਜੀ ਉਹੀ ਕਹਿੰਦਾ ਫਿਰ ਚੁੱਪ ਰਹੀਏ ਨਾ ਹੀ ਬੋਲੀਏ ਨਾਲੇ ਭਲਾ ਦੀ ਜੇ ਮੈਂ ਅੰਗਰੇਜ਼ੀ ਸਿੱਖਣੀ ਹੋਵੇ ਮੈਨੂੰ ਕਿੰਨੀ ਦੇਰ ਤੱਕ ਆਜੂ ਜੇ ਤੂੰ ਅੰਗਰੇਜ਼ੀ ਸਿੱਖਣੀ ਹੋਵੇ ਆਹੋ ਤੇਰੇ ਵਰਗੇ ਦੇਸੀ ਨੂੰ ਅੰਗਰੇਜ਼ੀ ਸਿਖਾਉਣਾ ਤੇ ਪੁੱਤਰੇ ਹੋਏ ਸਾਹ ਦੇ ਗੱਲ ਸੰਗਾ ਪਾਉਣਾ ਇੱਕ ਬਰਾਬਰ ਆ ਸਾਰਾ ਸਾਹ ਨਾਲੇ ਮੁਹਾਵਰੇ ਦੀ ਅੰਗਰੇਜ਼ੀ ਕੀ ਬਣੂ ਭਲਾ ਦੀ ਅੰਗਰੇਜ਼ੀ ਜੇ ਨਹੀਂ ਹੁੰਦੀ ਸਰ ਭਾਵੇਂ ਰਹਿਣੀ ਦਿਓ ਹਾਂ ਨਹੀਂ ਐਸੀ ਗੱਲ ਨਹੀਂ ਮੇਰੇ ਹਿਸਾਬ ਨਾਲ ਇਹਦੀ ਅੰਗਰੇਜ਼ੀ ਤਾਂ ਸਿਰਫ ਇਹੀ ਬਣਦੀ ਆ ਬਈ ਟੂ ਮੇਕ ਐਨ ਅੰਗਰੇਜ਼ ਫਰੋਮ ਦੇਸੀ ਇਜ਼ ਇਕੁਅਲ ਟੂ ਮੇਕ ਰੇਸ਼ਮ ਦੀ ਸਾੜੀ ਫਰੋਮ